ਆਇਆ ਵਾ ਵੀ ਸਵੇਰੇ ਨਾ ਗੱਡੀ ਆਈ ਸਾਡੇ ਡੈਂਪ 'ਤੇ ਖਲੋਤੀ ਆਣ ਕੇ ਗੱਡੀ ਆਈ ਆ ਅਤੇ ਬੰਦਾ ਆਇਆ ਵਾ ਬਲਜੀਤ ਨੇ ਗੱਡੀ ਸਟਾਰਟ ਕੀਤੀ ਆ ਅਤੇ ਗੱਡੀ ਲੈ ਗਿਆ ਸਾਡੇ ਡੈਂਪ ਤੋਂ ਗੱਡੀ ਲੈ ਗਿਆ ਵਾ ਅਤੇ ਉੱਧਰੋਂ ਚਲੋ ਚੱਲ ਗਿਆ ਵਾ ਉੱਧਰੋਂ ਮੇਰਾ ਭਤੀਜਾ ਆ ਗਿਆ ਵਾ ਮੈਂ ਇਹਨੂੰ ਇੰਨੀ ਗੱਲ ਕਹੀ ਮੈਂ ਪੁੱਤ ਗੱਡੀ 'ਤੇ ਬਲਜੀਤ ਲੈ ਗਿਆ ਵਾ ਚਲੋ ਜੀ ਇਹ ਗਿਆ ਵਾ ਮਗਰ ਗੱਡੀ ਘੁੰਮਾ ਕੇ ਲਿਆਉਂਦੀ ਆ ਘੁੰਮਾ ਕੇ ਲਿਆਉਂਦੀ ਆ ਅਤੇ ਮੁੜ ਕੇ ਕੀ ਹੋਇਆ ਵੀ ਚਲੋ ਮਾਲਕ ਨੇ ਗੱਲ ਕੀਤੀ ਇਹਦੇ ਨਾਲ ਸਾਡੇ ਮੁੰਡੇ ਨਾਲ ਅਤੇ ਜਿਹੜਾ ਡਰਾਈਵਰ ਨੂੰ ਇਹਨਾਂ ਵਾਧਾ ਦੇ ਕੇ ਨਾ 1000 ਰੁਪਈਆ ਵਾਧਾ ਦੇ ਕੇ ਅਤੇ ਗੱਡੀ ਆਪਣੇ ਡੈਂਪ 'ਤੇ ਲੈ ਗਏ ਆ ਆਪਣੇ ਡੈਂਪ 'ਤੇ ਲੈ ਗਏ ਚਲੋ ਗੱਡੀ ਲੈ ਗਏ ਚਲੋ ਕੋਈ ਗੱਲ ਨਹੀਂ ਬਾਅਦ ਵਿੱਚ ਇਹਨਾਂ ਕੀ ਕੀਤਾ ਵੀ ਇਹਨਾਂ ਇਹਦਾ ਚਾਚਾ ਆਇਆ ਵਾ ਚਾਚਾ ਇਹਦਾ ਆਣ ਕੇ ਆਉਂਦਾ ਵਾ ਵੀ ਇਹਨਾਂ ਜੱਟਾਂ ਤੋਂ ਦੂਰ ਰਹਿ ਤੈਨੂੰ ਮੈਂ ਕਿਹਾ ਇਹਨਾਂ ਗੰਜਰਾਂ ਤੋਂ ਦੂਰ ਰਹਿ ਅਤੇ ਮੈਂ ਇੰਨੀ ਗੱਲ ਹੀ ਕਹੀ ਆ ਮੈਂ ਕਿਹਾ ਵੀ ਪ੍ਰਧਾਨ ਜੀ ਅਸੀਂ ਤੁਹਾਨੂੰ ਜੱਟ ਕੀ ਜਾਂਦੇ ਹਾਂ ਜਾਂ ਤੁਹਾਨੂੰ ਕੋਈ ਮਾੜਾ ਕਹਿੰਦਾ ਚੰਗਾ ਕਹਿੰਦੇ ਹਾਂ ਇੰਨੀ ਗੱਲ ਆਖੀ ਆ ਅਤੇ ਮੇਰੇ ਗਲ ਪੈ ਗਏ ਆ ਗਲ ਪੈ ਗਏ ਚਲੋ ਹੱਥੋਂ ਚੜ੍ਹੀ ਹੋਏ ਆ ਛੋਟੇ ਛੁਡਾਵਾ ਹੋ ਗਿਆ ਵਾ ਛੋਟੇ ਛੁਡਾਵਾ ਹੋਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵਾ ਵੀ 40-50 ਮਕਬੂਲਪੁਰੇ ਦੇ ਬੰਦੇ ਸੱਦ ਕੇ ਅਤੇ ਮੈਂ ਆਪਣੇ ਟਰੈਕਟਰ ਦੇ ਉੱਤੇ ਬੈਠਾ ਵਾਂ ਦਸਤਾਰ ਸਜਾਉਣ ਡਿਆ ਵਾਂ ਇਹਦਾ ਮਗਰੋਂ ਆਣ ਕੇ ਮੇਰੇ ਵੇਲ 'ਚ ਮਾਰ ਕੇ ਅਤੇ ਵੇਖੋ ਸਿਰ ਪਾੜਤਾ ਵਾ ਅਤੇ ਨਾਲ ਧੱਕਾ ਕੀਤਾ ਵਾ ਅਤੇ ਉਲਟਾ ਜਾ ਕੇ ਠਾਣੇ ਅਤੇ ਮੇਰੇ 'ਤੇ ਹੀ ਆਪਣਾ ਮਰਾ ਭਾਰੂ ਹੋਣ ਡਿਆ ਆ ਅਤੇ ਮੈਂ ਤਾਂ ਅੱਗੇ ਗਰੀਬ ਬੰਦਾ ਵਾਂ ਮੈਂ ਤਾਂ ਹਾਂਜੀ ਇਹ ਬਹੁਤ ਧੱਕਾ ਕਰਨ ਡਿਆ ਜੀ ਬਹੁਤ ਹੀ ਜ਼ਿਆਦਾ ਇਹਨਾਂ ਦੇ ਅੱਗੇ ਵੀ ਪਰਚੀ ਹੋਏ ਆ ਢਿੱਲੋ ਵਾਲਿਆਂ ਨਾਲ ਇਹਨਾਂ ਦੀ ਲੜਾਈ ਹੋਈ ਆ ਤੋਂ 10 ਦਿਨ ਪਹਿਲਾਂ ਅਤੇ ਕਿਰਚ ਮਾਰੀ ਇੱਕ ਭਰਾ ਮੇਰੇ ਦੇ ਨਲਾਂ ਦੇ ਵਿੱਚ ਕਿਰਚ ਮਾਰੀ ਆ ਜੇ ਬਾਈ ਜਾ ਬੰਦਾ ਮਰ ਜੇ ਤਾਂ ਕੀ ਇੱਥੇ ਬਣੂਗਾ ਹਾਂਜੀ ਅਤੇ ਉਹ ਬੰਦੇ ਬਾਬਾ ਜੀ 30-40 ਜਾਣੇ ਬਾਅਦ 'ਚੋਂ ਆਏ ਆ ਪਹਿਲਾਂ ਤਾਂ 3-4 ਜਾਣੇ ਸੀ ਜਦੋਂ ਸਾਡੀ ਬਹਿਸ ਹੋਈ ਆ ਉਦੋਂ ਚਲੋ ਛੋਟੇ ਛੜਾਵਾ ਹੋ ਗਿਆ ਵਾ ਬਾਅਦ ਦੇ ਵਿੱਚ 30-40 ਜਾਣੇ ਨਾ ਮਕਬੂਲਪੁਰੇ ਜਵਾਹਰ ਨਗਰ ਦੇ ਸੱਦ ਕੇ ਨਾ ਇਹਨਾਂ ਨੇ ਇਹਦਾ ਧਾਵਾ ਬੋਲਿਆ ਵੀ ਮੈਨੂੰ ਤਾਂ ਸਾਹ ਹੀ ਨਹੀਂ ਲੈਣ ਦਿੱਤਾ ਮੈਨੂੰ ਤਾਂ ਪਤਾ ਨਹੀਂ ਲੱਗਾ ਵੀ ਬਣ ਕੀ ਗਿਆ ਵਾ ਹਾਂਜੀ ਹਥਿਆਰ ਕਿਰਚਾਂ ਦੇ ਵੇਲ 'ਚ ਅਤੇ ਜੋ ਵੀ ਕਹੀਆਂ ਕੁਈਆਂ ਜੋ ਵੀ ਇਹਨਾਂ ਦੇ ਕੋਲ ਸੀ ਸਭ ਕੁਛ ਹੀ ਕੋਈ ਵੀ ਛੱਡਣ ਵਾਲੀ ਗੱਲ ਹੀ ਨਹੀਂ ਹੈਗੇ ਉਹਦੇ ਬਾਬਾ ਜੀ ਆਪਣੇ ਆਪ 'ਚ ਕਹਿੰਦਾ ਵੀ ਮੈਂ ਬਣਿਆ ਬਦਮਾਸ਼ ਬਣਿਆ ਵੀ ਇਲਾਕੇ ਦਾ ਹਾਂਜੀ ਅਤੇ ਇੱਕ ਉਹਨੇ ਵੇਖੋ ਸਿੱਖੀ ਦੀ ਬੇਅਦਬੀ ਕੀਤੀ ਆ ਹੈਂ ਬਾਣੇ ਦੀ ਬੇਅਦਬੀ ਕੀਤੀ ਆ ਅਤੇ ਆਪਣੇ ਆਪ ਜਾਂਦੇ ਵੀ ਜਾਓ ਜਿੱਥੇ ਭੱਜਣਾ ਭੱਜ ਲਓ ਅਸੀਂ ਜਾਓ ਜ਼ੋਰ ਲੱਗਦਾ ਜਿੱਥੇ ਲਾ ਲਓ ਅਸੀਂ ਤਾਂ ਪੁਲਿਸ ਵਿੱਚ ਰਿਪੋਰਟ ਹਾਂਜੀ ਪੁਲਿਸ ਨੂੰ ਰਿਪੋਰਟ ਦਿੱਤੀ ਹਾਂਜੀ ਕਾਰਵਾਈ ਬਾਬਾ ਜੀ ਹੁਣ ਸਾਡੇ 'ਤੇ ਉਲਟਾ ਪਰਚਾ ਦੇਣ ਡਿਆ ਨਜਾਇਜ਼ ਜੀ ਹੈਂ ਅਤੇ ਅਸੀਂ ਤਾਂ ਫਿਰ ਆਪਣੇ ਮਾਰੇ ਆਣ ਕੇ ਤਾਂ ਵੇਖੋ ਡੈ ਇੱਥੇ ਹਾਂਜੀ ਆਹ ਗੱਲ ਜੀ ਅਤੇ ਆਹ ਬਾਤ ਜੀ ਇਹਨਾਂ ਕੀਤੀ ਸਾਡੇ ਨਾਲ ਅਜੇ ਵੀ ਖਤਰਾ ਬਾਬਾ ਜੀ ਅਜੇ ਵੀ ਖਤਰਾ ਆਉਂਦੇ ਭੱਜ ਲਓ ਜਿੱਥੇ ਭੱਜਣਾ ਜੇ ਜਾਣ ਦਾ ਖਤਰਾ ਬਾਬਾ ਜੀ ਸਾਨੂੰ ਉਹਨਾਂ ਤੋਂ ਹਾਂਜੀ ਚਾਹੁੰਦੇ ਇਹੋ ਹੀ ਆ ਬਾਬਾ ਜੀ ਉਹਨਾਂ ਦੇ ਕਾਰਵਾਈ ਹੋਵੇਗੀ ਉਹਨਾਂ ਨੂੰ ਪੁੱਛਿਆ ਜਾਵੇ ਇੱਦਾਂ ਥੋੜ੍ਹੀ ਗੱਲ ਹੈ ਵੀ ਜਿਹੜੇ ਮਰਜ਼ੀ ਬੰਦੇ ਜਾਣ ਕੇ ਵੇਲ 'ਚ ਹਾਂਜੀ ਰੈਸਟ ਹੋਣੇ ਚਾਹੀਦੇ ਬਾਬਾ ਜੀ ਉਹ ਬੰਦੇ ਗਿਰਚ ਮਾਰੀ ਉਹਨਾਂ ਨਲਾਂ ਦੇ ਵਿੱਚ ਹਾਂਜੀ ਵੇਲ 'ਚ ਮਰ ਗਿਆ ਵੇ ਕੋਈ ਸਿਰ ਪਾੜਿਆ ਚੱਕਰ ਆਉਣ ਡਿਆ ਮੇਰੇ ਸਾਰੇ ਇਹ ਤੇ ਰੇਤੇ ਤੋਂ ਲੜੇ ਆ ਉੱਥੇ ਲਖਵਿੰਦਰ ਸਿੰਘ ਆਏ ਇੱਥੇ ਮੈਡੀਕਲ ਗਰਾਊਂਡ 'ਚ ਪ੍ਰਭਜੀਤ ਸਿੰਘ ਦੇ ਭਰਾ ਆਏ ਨੇ ਇੱਥੇ ਜਹਾਜ਼ਗੜ੍ਹ ਰੇਤੇ ਰੂਤੇ ਤੋਂ ਗੱਲ ਹੋਈ ਜਾਂਦੀ ਕਾਹਦੀਆਂ ਰੇਤਾ ਕਰਦੇ ਟਰੱਕਾਂ ਵਾਲੇ ਤਾਂ ਗੱਲ ਹੋਈ ਇਹਨਾਂ ਦੀ ਕੋਈ ਬਾਕੀ ਸਰ ਉਹਦੇ ਨੋਟ ਖਾ ਕੇ ਆਏ ਆ ਉੱਥੇ ਬੀ ਡਿਵੀਜ਼ਨ 'ਚ ਡਾਕਟਰ ਲੈ ਕੇ ਆਏ ਅਤੇ ਇਹਨਾਂ ਦੀ ਜਿਹੜੀ ਸੱਟਾਂ ਲੱਗੀਆਂ ਦਰਸਾ ਮੈਡੀਕਲ ਕਰਦੇ ਕਾਰਵਾਈ ਸਰ ਕਰਾਉਣੀ ਆ ਤਾਂ ਹੀ ਸਰ ਮੈਡੀਕਲ ਹੋਣ ਡਿਆ ਉਹਨਾਂ ਦਾ ਇਸ ਤੋਂ ਬਾਅਦ ਕਾਰਵਾਈ ਕਰਾਉਣਗੇ ਥਾਣੇ ਡਾਕਟਰ ਦਿੱਤਾ ਇਹਨਾਂ ਨੂੰ ਇਹ ਡਾਕਟਰ ਮੈਡੀਕਲ ਹੋਰ ਕਾਰਵਾਈ ਕਰ ਦਿੰਦੇ